ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਵੇ ਤੋਂ ਤੁਹਾਡਾ ਸਭ ਦਾ ਚੈਨਲ 'ਤੇ ਦੁਬਾਰਾ ਤੋਂ ਵੈਲਕਮ ਹੈ ਅਤੇ ਹੋਪ ਤੁਸੀਂ ਸਾਰੇ ਜਣੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਆਹ ਦੇਖੋ ਆਹ ਸਾਹਮਣੇ ਪਰਛੱਤੀ ਹੈ ਜੀ, ਇਹਦੇ ਵਿੱਚ ਹੈਗਾ ਸਾਡਾ ਕਮਰਾ, ਪੌੜੀਆਂ ਜਾਂਦੀਆਂ ਨੇ ਠੀਕ ਹੈ ਉੱਪਰ ਨੂੰ, ਅਤੇ ਪਰਛੱਤੀ ਤੋਂ ਥੱਲੇ ਆਉਂਦਿਆਂ ਸਾਰੀ ਤੁਹਾਨੂੰ ਦਰਸ਼ਨ ਹੁੰਦੇ ਨੇ ਸਵਿਮਿੰਗ ਪੂਲ ਦੇ, ਅਤੇ ਸਵਿਮਿੰਗ ਪੂਲ ਦੇ ਦਰਸ਼ਨ ਕਰਦੇ ਹੀ ਨਾ ਸਾਡੇ ਅੰਦਰ ਦਾ ਗੁਬਾਰ ਉੱਠਦਾ ਵੀ ਯਾਰ ਫਟਾਫਟ ਨਾ ਪਾਣੀ 'ਚ ਛਾਲ ਮਾਰ ਦਈਏ। ਕਿ ਅੱਜ ਅਸੀਂ ਇਸ ਹੋਟਲ 'ਚ ਚੈੱਕਆਊਟ ਕਰਕੇ ਜਾਣਾ ਸੀ ਦੂਸਰੇ ਹੋਟਲ ਦੇ ਵਿੱਚ, ਅਤੇ ਅਸੀਂ ਸੋਚਿਆ ਵੀ ਕਿਉਂ ਨਾ ਇੱਕ ਵਾਰੀ ਜਾਣ ਤੋਂ ਪਹਿਲਾਂ ਪੂਲ ਦੇ ਵਿੱਚ ਡੁਬਕੀ ਲਾ ਲਈ ਜਾਵੇ। ਦੂਜਾ ਸਾਥੀ ਸਾਡਾ ਆ ਰਿਹਾ, ਮੈਂ ਥੋੜ੍ਹਾ ਪਹਿਲੇ ਆ ਗਿਆ ਕਿਉਂਕਿ ਮੈਂ ਸਿਰ ਵੀ ਧੋਣਾ ਹੈ, ਤੁਹਾਨੂੰ ਪਤਾ ਫਿਰ ਹੋਟਲ 'ਚ ਆ ਕੇ ਸਿਰ ਨਾ ਧੋਵੋ ਅਤੇ ਦੈਟ ਇਜ਼ ਨੋਟ ਜਸਟੀਫਾਈਡ ਐਟ ਆਲ। ਠੀਕ ਹੈ, ਹੁਣ ਆਪਾਂ ਬਹੁਤਾ ਟਾਈਮ ਨਾ ਲਾਉਂਦੇ ਹੋਏ ਪੂਲ ਦੇ ਵਿੱਚ ਡੁਬਕੀ ਮਾਰਦੇ ਹਾਂ, ਮੁੜ ਕੇ ਗੱਡੀ ਨੇ ਪਿੱਕ ਵੀ ਕਰਨ ਆਉਣਾ। ਵਲੋਗ ਨਾਲ ਸਾਰੇ ਜਣੇ ਐਂਡ ਤੱਕ ਜੁੜੇ ਰਹੋ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਯਾਦ ਨਾਲ ਸਬਸਕ੍ਰਾਈਬ ਕਰ ਦਿਓ, ਥੱਲੇ ਬਟਨ ਆ ਰਿਹਾ ਉਹਨੂੰ ਦਬਾ ਦਿਓ, ਵਿੱਚੋਂ ਮੈਂ ਕਿਹਾ ਜੀ ਫੁੱਲ ਝੜੀਆਂ ਵੀ ਚੱਲਦੀਆਂ ਨੇ, ਦਬਾ ਕੇ ਵੇਖੋ ਜਿੰਨਾ ਨਹੀਂ ਦਬਾਇਆ। ਠੀਕ ਹੈ ਜੀ, ਆਹ ਨਜ਼ਾਰਾ ਵੇਖੋ ਤੁਸੀਂ ਸਵੇਰੇ ਸਵੇਰੇ, ਓਹੋ ਹੋ ਇੰਨੇ ਲੰਬੇ ਲੰਬੇ ਪੇੜ ਪੌਦੇ ਆ, ਮੈਂ ਕਿਹਾ ਜੀ ਮਜ਼ੇਦਾਰ ਵਾਲਾ ਕੰਮ ਹੈ, ਸਨਰਾਈਜ਼ ਹੁਣੇ ਤਾਜ਼ਾ ਤਾਜ਼ਾ। ਠੀਕ ਹੈ ਜੀ, ਆਓ ਫਟਾਫਟ ਡੁਬਕੀ ਮਾਰੀਏ, ਫਿਰ ਆਪਾਂ ਦੇਖਦੇ ਹਾਂ ਬਾਕੀ ਸਾਰੇ ਦਿਨ ਦੇ ਵਿੱਚ ਕੀ ਹੁੰਦਾ। ਲਓ ਜੀ ਮਾਮਾ ਜੀ ਦਾ ਮੁੰਡਾ ਪਰਛੱਤੀ 'ਚੋਂ ਥੱਲੇ ਆਉਂਦਾ ਹੋਇਆ। ਓਹੋ ਇਹ ਕਹਿੰਦਾ ਭਾਅ ਜੀ ਮੈਨੂੰ ਡਾਈਵ ਮਾਰਨੀ ਆਉਂਦੀ ਹੈ, ਸਵਿਮਿੰਗ ਕਰਨੀ ਨਹੀਂ ਆਉਂਦੀ, ਅਤੇ ਮੈਨੂੰ ਸਿਖਾਓ। ਫਲੋਟ ਕਰ ਚੱਲ ਫਿਰ, ਪਹਿਲੇ ਸਰੀਰ ਢਿੱਲਾ ਛੱਡ। ਨਾ 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 ਬੇਟਾ, ਨਾ ਸਰੀਰ ਢਿੱਲਾ ਛੱਡੋ, ਫਿਰ ਜੇ ਸਰੀਰ ਢਿੱਲਾ ਛੱਡੋ। ਨਾ ਤੋ ਅਸਾਂ ਨੇ ਲਿਆ, ਹੁਣ ਮੇਰਾ ਤਾਂ ਪਹਿਲੇ ਪ੍ਰੋਗਰਾਮ ਸੀਗਾ ਵੀ ਮੈਂ ਸਿਰ ਧੋ ਲਾਂ, ਪਰ ਚੱਕਰ ਕੀ ਹੈ ਵੀ ਸਵਿਮਿੰਗ ਤੋਂ ਬਾਅਦ ਭੁੱਖ ਇੰਨੀ ਕੁ ਜ਼ਿਆਦਾ ਲੱਗ ਗਈ, ਅਤੇ ਆਹ ਥੋਟ ਕਿ ਪਹਿਲੇ ਬ੍ਰੇਕਫਾਸਟ ਕਰ ਲਿਆ ਜਾਵੇ। ਠੀਕ ਹੈ, ਕਿਉਂਕਿ ਸਿਰ ਧੋਵਾਂਗੇ ਬਾਅਦ 'ਚ, ਫਿਰ ਆਰਾਮ ਨਾਲ ਸੁਕਾਵਾਂਗੇ ਅਸੀਂ ਥੱਲੇ ਬਹਿ ਕੇ। ਸੋ ਪਹਿਲੇ ਇਹ ਸੋਚਿਆ ਵੀ ਲੈਟਸ ਹੈਵ ਅ ਬਾਈਟ। ਹਾਂਜੀ, ਭੁੱਖ ਲੱਗੀ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਇਹ ਭਾਈ ਸਾਹਿਬ ਨਹਾਏ ਨੇ, ਇਹਨਾਂ ਨੇ ਮਾਰਕਾ ਮਾਰ ਲਿਆ, ਕਿਉਂਕਿ ਇਹ ਕਹਿੰਦੇ ਵੀ ਮੇਰਾ ਸਿਰ ਸਾਫ਼ ਹੀ ਰਹਿੰਦਾ, ਮੈਨੂੰ ਧੋਣ ਦੀ ਲੋੜ ਨਹੀਂ। ਮੈਂ ਕਿਹਾ ਠੀਕ ਹੈ ਭਾਅ ਜੀ, ਤੁਸੀਂ ਮਹਾਂਪੁਰਸ਼ ਹੋ, ਸਾਨੂੰ ਤਾਂ ਧੋਣ ਦੀ ਲੋੜ ਪੈਂਦੀ ਹੈ, ਭਾਵੇਂ ਅਸੀਂ ਥੋੜ੍ਹਾ ਜ਼ਿਆਦਾ ਟਾਈਮ ਪਾ ਕੇ ਧੋਈਦਾ, ਪਰ ਅਸੀਂ ਧੋ ਲਈਦਾ। ਸੋ ਵੀ ਆਰ ਹੈਡਿੰਗ ਟੁਵਰਡਸ ਦ ਮੇਨ ਬਿਲਡਿੰਗ ਆਫ ਦਾ ਹੋਟਲ। ਇਹ ਜਿਹੜਾ ਦੀਵਾਨਾ ਕਰਾਬੀ ਹੈ ਨਾ, ਇਹ ਦੋ ਨੇ, ਇੱਕ ਪਲਾਜ਼ਾ ਅਤੇ ਇੱਕ ਰਿਜ਼ੋਰਟ ਹੈ। ਵੀ ਆਰ ਇਨ ਦਾ ਦੀਵਾਨਾ ਕਰਾਬੀ ਰਿਜ਼ੋਰਟ, ਅਤੇ ਇਹ ਜਿਹੜਾ ਹੈਗਾ ਨਾ ਇਹ ਦੀਵਾਨਾ ਪਲਾਜ਼ਾ। ਦੋ ਦੀਵਾਨੇ ਸ਼ਹਿਰ ਮੇ, ਰਾਤ ਮੇ ਯਾਰ ਦੁਪਹਿਰ ਮੇ, ਆਸੀਆਨਾ ਢੂੰਡਤੇ ਹੈ। ਓਏ ਹੋਏ, ਆਹ ਜਿਹੜੀਆਂ ਤੋਂ ਮੇਰੇ ਵੱਲ ਟੇਡੀਆਂ ਅੱਖਾਂ ਕਰਕੇ ਦੇਖਦਾ ਨਾ ਸੱਜਣਾ, ਕੀ ਕਹਾਂ, ਮੈਨੂੰ ਕੀਲ ਹੀ ਲੈਂਦੀਆਂ ਨੇ। ਕੱਲ੍ਹ ਦੇ ਕੰਪੈਰੇਟਿਵਲੀ ਅੱਜ ਰਸ਼ ਕਾਫੀ ਘੱਟ ਹੈ, ਬਿਕੋਜ਼ ਜਿਹੜੇ ਸਵੇਰੇ ਆਈਲੈਂਡ ਟੂਰ 'ਤੇ ਜਾਣ ਵਾਲੀ ਸੰਗਤ ਹੈ ਉਹ ਚੱਲ ਗਈ ਹੋਣੀ, ਇਸ ਕਰਕੇ ਆਲਮੋਸਟ ਜਿਹੜਾ ਪੂਰਾ ਰੈਸਟੋਰੈਂਟ ਹੈ ਨਾ ਉਹ ਖਾਲੀ ਵਾਲਾ ਹਿਸਾਬ ਕਿਤਾਬ ਹੀ ਹੈਗਾ। ਆਪਾਂ ਕੋਲ ਤੁਹਾਨੂੰ ਪਤਾ ਆਪਸ਼ਨਸ ਲਿਮਿਟਿਡ ਹੀ, ਆਪਾਂ ਪਹਿਲੇ ਫਰੂਟ ਖਾਵਾਂਗੇ, ਫਿਰ ਬਾਅਦ 'ਚ ਉਹ ਤਿੰਨ ਚਾਰ ਆਪਸ਼ਨਾਂ ਲਾਈਆਂ ਹੋਣੀਆਂ ਇਹਨਾਂ ਨੇ ਵੈੱਜ ਵਾਸਤੇ, ਉੱਧਰ ਜਾਵਾਂਗੇ। ਅੱਜ ਕਹਿੰਦੇ ਵੈੱਜ 'ਚ ਇਹਨਾਂ ਨੇ ਆਲੂ ਗੋਭੀ ਦੇ ਫੁਲਕੇ ਬਣਾਏ ਆ, ਕਮਾਹਲ ਹੀ ਕਰ ਛੋੜੀ ਹੈ। ਓ ਹੋ, ਗੋਭੀ ਵੀ ਤਰੀ ਵਾਲੀ ਕੌਣ ਖਾਂਦਾ ਯਾਰ, ਨਾਲੇ ਸੌਟੇ ਵੈਜੀਟੇਬਲਸ, ਓਕੇ, ਨਾਲੇ ਬਣਾਏ ਨੇ ਰਾਜਮਾ, ਬੇਕਡ ਬੀਨਸ ਜਿਨ੍ਹਾਂ ਨੂੰ ਕਹਿੰਦੇ। ਇੰਨੀ ਖਾਤੇਦਾਰੀ ਕਰਨਗੇ ਤਾਂ ਕਿੱਦਾਂ ਸਰੂਗਾ ਸਾਡਾ। ਵੀਰ ਜੀ ਇੰਨੀ ਖਾਤੇਦਾਰੀ ਨਹੀਂ ਚਾਹੀਦੀ, ਸਾਨੂੰ ਪ੍ਰੋਪਰ ਇੰਡੀਅਨ ਫੂਡ ਚਾਹੀਦਾ। ਇਹਨਾਂ ਨੂੰ ਗਾਈਡੈਂਸ ਦੀ ਬਹੁਤ ਜ਼ਿਆਦਾ ਲੋੜ ਹੈ। ਮਸਾਲਾ ਟੀ ਵੀ ਪਤਾ ਕਿੰਨਾ, ਆ ਸੂਪ ਵਾਲੇ ਸਰਵਿੰਗ ਸਪੂਨ ਨਾਲ ਪਾਉਂਦੇ। ਵਾਹ 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 ਵਾਹ, ਔਖਾ ਵੀਰ ਜੀ ਬਹੁਤ ਔਖਾ ਹੈ, ਪਰ ਮੈਂ ਕਹਿੰਦਾ ਦੋ ਘੁੱਟ ਪੀ ਕੇ ਵੇਖੀਏ, ਬਣਾਉਂਦੇ ਵਧੀਆ ਹੈ ਕਿ ਬਣਾਉਂਦਾ ਵੀ ਹਿਸਾਬ ਕਿਤਾਬ ਔਖਾ ਹੀ ਹੈ। ਜਿਹੜੀ ਇਹਨਾਂ ਦੀ ਮਸਾਲਾ ਚਾਏ ਹੈ ਨਾ, ਹਾਈਲੀ ਨੋਟ ਰਿਕਮੈਂਡਿਡ, ਨਹੀਂ ਪੀਣੀ, ਬਿਲਕੁਲ ਵੀ ਨਹੀਂ ਪੀਣੀ। ਕੌਫੀ ਪੀ ਲਓ, ਜੂਸ ਪੀ ਲਓ, ਇਕੱਲਾ ਦੁੱਧ ਪੀ ਲਓ, ਚਾਹ ਨਹੀਂ ਜੇ ਪੀਣੀ। ਦਾ ਲਾਸਟ ਵਾਕ ਐਟ ਦਿਸ ਹੋਟੈਲ, ਸਾਹਿਬ ਆਲਰੇਡੀ ਪਹੁੰਚ ਚੁੱਕਾ, ਚੈੱਕਆਊਟ ਕਰਾ ਰਿਹਾ, ਗੱਡੀ ਸਾਡੀ ਆ ਗਈ, ਹੁਣ ਅਸੀਂ ਜਾਣਾ ਫੁੱਕੇ। ਗੱਡੀ ਕਹਿੰਦੇ ਆਲਰੇਡੀ ਆ ਗਈ, ਪਤਾ ਨਹੀਂ ਹੁਣ ਕਿਹੜੀ ਆਈ ਹੈ, ਦੇਖਦੇ ਹਾਂ। ਬਾਈ ਸਾਹਿਬ, ਬਾਈ ਫੋਰਚੂਨਰ ਆਈ ਹੈ, ਕਿਆ ਬਾਤ ਹੈ, ਕਿਆ ਬਾਤ ਹੈ। ਐਕਸਕਿਊਜ਼ ਮੀ ਸਰ, ਸਰ ਵਾਟ ਡੂ ਯੂ ਡੂ ਫੋਰ ਅ ਲਿਵਿੰਗ, ਕਿਆ ਕਰਦੇ ਆਪ, ਬਾਪ ਕਾ ਪੈਸਾ ਉਡਾਤੇ ਹੈ। ਅਗਰ ਇਹ ਵਲੌਗ ਆਪਕੇ ਪਾਪਾ ਹੀ ਦੇਖੇਂਗੇ ਤੋ ਕਿਆ ਸੋਚੇਂਗੇ।
ਸਵਾਦੀ ਖਾਪ ਚਲੀਏ ਮੈਡਮ ਗੋਇੰਗ ਗੋਇੰਗ ਕੈਨ ਆ ਸਿਟ ਇਨ ਦਾ ਫਰੰਟ ਥੈਂਕ ਯੂ ਕਰਾਬੀ ਦੀਆਂ ਬਿਊਟੀਫੁਲ ਵਾਦੀਆਂ ਨੂੰ ਛੱਡ ਕੇ ਅਸੀਂ ਚਾਲੇ ਪਾੜੇ ਨੇ ਜੀ ਫੁਕੇਤ ਵੱਲ ਕੇਤੀ ਮੈਡਮ ਦਾ ਨਾਮ ਹੈ ਮੈਡਮ ਫੋਰਚੂਨਰ ਲਿਆਏ ਨੇ ਆਟੋਮੈਟਿਕ ਮੈਂ ਗਿਆ ਜੀ ਚਲਾ ਰਹੇ ਨੇ ਦੜਾ ਰਹੇ ਨੇ ਵੀਰ ਜੀ ਕਰਾਬੀ ਛੱਡਣ ਤੋਂ ਪਹਿਲਾਂ ਤੁਸਾਂ ਦੇ ਕੋਈ ਆਖਰੀ ਥੋਟਸ ਕਿੱਦਾਂ ਦੇ ਬੀਤੇ ਤੁਸਾਂ ਦੇ ਇੱਥੇ ਦੋ ਦਿਨ ਗੁੱਡ ਸੀ ਨਾ ਅਗਰ ਕਿਸੇ ਨੇ ਨੈਚੁਰਲ ਬਿਊਟੀ ਇੰਜੋਏ ਕਰਨੀ ਹੈ ਰੋਹਾੜੇ ਰੱਪੇ ਤੋਂ ਅਲੈਦਾ ਹਾਂ ਸ਼ਾਂਤ ਏਰੀਆ ਹੈਗਾ ਠੀਕ ਹੈ ਜਿਹੜੀ ਨੈਚੁਰਲ ਬਿਊਟੀ ਹੈ ਬੀਚਿਸ ਤਾਂ ਚਲੋ ਫੂਕੇ ਦੀਆਂ ਬੈਂਕੋਕ ਵੀ ਹੈਗੇ ਨੇ ਪਰ ਇਹ ਥੋੜ੍ਹਾ ਜਿਹਾ ਇੱਕ ਸਟਲ ਜਾਂ ਸ਼ਾਂਤ ਜਿਹਾ ਏਰੀਆ ਆ ਜਾਂਦਾ 3 ਘੰਟੇ ਤੋਂ 10 ਮਿੰਟ ਲੱਗਣੇ ਆ ਹੁਣ ਚਲੋ ਦੇਖਦੇ ਹਾਂ ਵਿੱਚ ਥੋੜ੍ਹਾ ਜਿਹਾ ਪਾਵਰ ਨੈਪ ਵੀ ਲਵਾਂਗੇ ਬਸ ਇੱਦਾਂ ਹੀ ਜੁੜੇ ਰਹੋ ਸਫ਼ਰ ਦੇ ਨਾਲ ਸਾਵਣ ਦੇ ਮਹੀਨੇ ਦੇ ਨਜ਼ਾਰੇ ਥਾਈਲੈਂਡ ਦੀਆਂ ਸੜਕਾਂ 'ਤੇ ਓਹੋ ਨਿੰਮੀ ਨਿੰਮੀ ਬਾਰਿਸ਼ ਹੋ ਰਹੀ ਆ ਸੜਕਾਂ ਇਹ ਭਿੱਜੀਆਂ ਪਈਆਂ ਕਿਆ ਬਾਤ ਹੈ ਨਜ਼ਾਰੇ ਚੈੱਕ ਕਰੋ ਮੈਂ ਕਿਹਾ ਪੂਰਾ ਇਸ਼ਕ ਵਾਲਾ ਮਾਹੌਲ ਹੈਗਾ ਸਾਰੇ ਟ੍ਰਿਪ ਦੌਰਾਨ ਜਿਹੜਾ ਇਹ ਵਾਲਾ ਰਸਤਾ ਹੈ ਨਾ ਮਤਲਬ ਫੂਕੇ ਤੋਂ ਕਰਾਬੀ ਅਤੇ ਕਰਾਬੀ ਤੋਂ ਫੂਕੇ ਅਤੇ ਇਹ ਜਿਹੜਾ 2.5-3 ਘੰਟੇ ਦੀ ਡਰਾਈਵ ਹੈ ਹੁਣ ਤਾਂ ਕਹਿੰਦੇ ਵੀ 3 ਘੰਟੇ 10 ਮਿੰਟ ਲੱਗਣੇ ਇਹ ਜਿਹੜੀ 2.5-3 ਘੰਟੇ ਦੀ ਡਰਾਈਵ ਹੈ ਨਾ ਮੈਂ ਕਿਹਾ ਜੀ ਦਿਸ ਇਜ਼ ਦਾ ਮੋਸਟ ਟਾਇਰਿੰਗ ਸਟ੍ਰੈਚ ਅਗਰ ਤੁਹਾਡੇ ਕੋਲ ਆਪਸ਼ਨ ਹੈਗਾ ਨਾ ਵੀ ਤੁਸੀਂ ਫੂਕੇ ਤੋਂ ਕਰਾਬੀ ਬਾਏ ਏਅਰ ਆ ਜਾਓ ਅਤੇ ਉਹ ਵਾਲਾ ਪ੍ਰੈਫਰ ਕਰੋ ਦੈਟ ਵਿਲ ਬੀ ਮੋਰ ਬੈਨੀਫਿਸ਼ੀਅਲ ਰੋਡ ਟ੍ਰਿਪ ਕਰਦੇ ਹੋ ਨਾ ਆਪ ਡਰਾਈਵ ਕਰਕੇ ਉਹ ਚੀਜ਼ ਦਾ ਨਜ਼ਾਰਾ ਵੱਖਰਾ ਹੈ ਡਰਾਈਵਰ ਨਾਲ ਹੈ ਠੀਕ ਹੈ ਤੁਸੀਂ ਸੁੱਤੇ ਪਏ ਹੋ ਉਸ ਚੀਜ਼ ਦਾ ਮਜ਼ਾ ਨਹੀਂ ਆਉਂਦਾ ਉਹ ਜ਼ਿਆਦਾ ਟਾਇਰਿੰਗ ਹੋ ਜਾਂਦਾ ਕਿਉਂਕਿ ਦੂਜੀ ਡੈਸਟੀਨੇਸ਼ਨ ਤੱਕ ਪਹੁੰਚਣ ਤੱਕ ਤੁਹਾਨੂੰ ਇੰਨੀ ਜ਼ਿਆਦਾ ਫਟੀਕ ਹੋ ਜਾਂਦੀ ਹੈ ਬੰਦਾ ਕਹਿੰਦਾ ਯਾਰ ਕੀ ਹੋ ਰਿਹਾ ਹੁਣ ਵੀ ਵਾਸੀਆਂ ਮਾਰ ਮਾਰ ਕੇ ਬੁਰਾ ਹਾਲ ਹੈ ਸਾਹਿਬ ਦਾ ਮੈਨੂੰ ਪਤਾ ਨਹੀਂ ਸੁੱਤਾ ਪਿਆ ਕਿ ਜਾਗਦਾ ਸੁੱਤਾ ਕਿ ਜਾਗਦਾ ਉਹ ਜਾਗਦਾ ਹੁਣੇ ਉੱਠੀ ਲੱਗਦਾ ਮੈਨੂੰ ਵੈਰੀ ਡਿਫੀਕਲਟ ਟਾਸਕ ਹੈ ਜੀ ਵੈਰੀ ਡਿਫੀਕਲਟ ਟਾਸਕ ਪਰ ਉੱਦਾਂ ਕੇ ਟੀ ਦੀ ਡਰਾਈਵਰ ਵਧੀਆ ਨੇ ਖਿੱਚੀ ਰੱਖਦੇ ਕੰਮ ਅਰੇ ਵੀ ਫੋਨ ਬਹੁਤ ਚਲਾਉਂਦੇ ਮੈਂ ਹਿਸਾਬ ਲਾਇਆ ਸਾਡੇ ਮੰਮੀ ਡੈਡੀ ਸਾਡੇ ਫੋਨਾਂ ਤੋਂ ਇੰਨੇ ਤੰਗ ਇਹਨਾਂ ਦੇ ਮੰਮੀ ਡੈਡੀ ਕਿੰਨੇ ਤੰਗ ਬਣੇ ਇਹਨਾਂ ਤੋਂ ਆਹ ਚੈੱਕ ਕਰੋ ਟੋਲ ਪਲਾਜ਼ਾ ਹੈਗਾ ਨਾ ਕੋਈ ਬੰਦਾ ਖੜਾ ਨਾ ਕੁਛ ਨਾ ਇਹਨਾਂ ਨੇ ਡੰਡੇ ਥੱਲੇ ਕੀਤੇ ਸਾਡੇ ਇੰਡੀਆ ਦੇ ਵਿੱਚ ਤਾਂ ਡੰਡੇ ਥੱਲੇ ਕਰ ਕਰਕੇ ਵਿਚਾਰੇ ਥੱਕ ਜਾਂਦੇ 2 ਕੁ ਬੰਦੇ ਬਾਹਰ ਖੜੇ ਹੁੰਦੇ ਇਹਨਾਂ ਦਾ ਕੋਈ ਨਹੀਂ ਖੜਾ ਵੈਰੀ ਸਿਸਟਮੈਟਿਕ ਵਰਕ ਵੈਲਕਮ ਟੂ ਫੂਕੇਤ ਹੋ ਗਿਆ ਜੀ ਕਿਆ ਬਾਤ ਹੈ ਜੀ ਕਿਆ ਬਾਤ ਹੈ ਹੈਲੋ ਜੀ ਆ ਪਤਾ ਨਹੀਂ ਡਰੈਗਨ ਨੂੰ ਬੜਾ ਪਿਆਰ ਇਹਨਾਂ ਨੂੰ ਨਾ ਸਾਰਿਆਂ ਨੂੰ ਦੇਖੋ ਜੀ ਕੇਟੀ ਦੀਦੀ ਕਹਿੰਦੇ ਆ ਕਹਿੰਦੇ ਆਈ ਲਵ ਡਰਾਈਵਿੰਗ ਠੀਕ ਹੈ ਕਹਿੰਦੇ ਵੀ ਮੈਂ ਜਿਹੜੀ ਡਰਾਈਵ ਕਰਦੀ ਹਾਂ ਨਾ ਮੈਂ ਕਰਦੀ ਹਾਂ ਕਰਾਬੀ ਤੋਂ ਫੂਕੇ ਅਤੇ ਫੂਕੇ ਤੋਂ ਕਰਾਬੀ ਚੱਕਰ ਕੀ ਹੈਗਾ ਫੂਕੇ ਦਾ ਅਗਰ ਲੋਕਲ ਡਰਾਈਵ ਕਰਾਂਗੇ ਨਾ ਜਾਮ ਬਹੁਤ ਲੱਗੇਗਾ ਯੂ ਵੈਰੀ ਕਲੈਵਰ ਲੇਡੀਜ਼ ਆਲ ਓਵਰ ਦਾ ਵਰਲਡ ਦੇ ਵੈਰੀ ਕਲੈਵਰ ਕੇਟੀ ਦੀਦੀ ਯੂ ਸੈਡ ਵੀ ਗੋਇੰਗ ਟੂ ਬੀਚ ਯੂ ਬ੍ਰਿੰਗਿੰਗ ਅਸ ਟੂ ਹਿਲਸ ਵਾਈ ਸੋ ਓ ਦੇਰ ਬੀਚ ਪਹਾੜਾਂ ਤੋਂ ਬਾਅਦ ਬੀਚ ਆ ਰਿਹਾ ਵੀ ਹੈਵ ਐਵਰੀਥਿੰਗ ਐਵਰੀਥਿੰਗ ਬੀਚਸ ਮਾਊਂਟੇਨ ਐਂਡ ਐਂਟਰਟੇਨਮੈਂਟ ਸ਼ਾਪਿੰਗ ਮਾਲ ਸ਼ੂਟਿੰਗ ਟਾਈਗਰ ਐਲੀਫੈਂਟ ਵਾਟਰ ਪਾਰਕ ਤਪੁੰਕਾ ਕੇਟੀ ਦੀਦੀ ਯੂ ਫਾਈਂਡਿੰਗ ਅਸ ਫਨੀ ਪੰਜਾਬੀ ਪੀਪਲ ਲਾਈਕ ਸ਼ੂਟਿੰਗ ਯਾ ਆਰ ਬਲੱਡ ਬੋਇਲਿੰਗ ਨਾਟ ਬੋਇਲਿੰਗ ਇਨ ਦਾ ਬਲੱਡ ਆਰ ਬਲੱਡ ਬੋਇਲਿੰਗ ਸਾਨੂੰ ਕੇਟੀ ਦੀਦੀ ਦੀ ਇੱਕ ਹੋਰ ਗੱਲ ਪਤਾ ਲੱਗੀ ਕੇਟੀ ਦੀਦੀ ਕਹਿੰਦੇ ਆਈ ਓਨਲੀ ਈਟ ਵੈਨ ਮੋਮ ਕੁਕਸ
You don't cook and eat yourself. No. You only eat. Cooking mom. Wow. Eh, har passe same aada yaar, har passe. Kehdi didi? You are clever? No clever. You are clever. You are clever, but you are same as all the other women in the world. Yeah. You know, all the women do like this only. Yeah. We like easy. Oh wow. Phuket di busy street de upar saada hotel hai ji. Patong Bay Residence. Oh, attachi bade ne. ਦੋ ਬੰਦੇ ਚਾਰ ਟੈਚੀ ਬਹੁਤ ਨਾ ਇਨਸਾਫੀ ਆ ਬਾਏ ਬਾਏ ਕੇਟੀ ਦੀਦੀ ਬਾਏ ਕੇਟੀ ਦੀਦੀ ਚੱਲੇ ਨੇ ਆਓ ਵੀਰ ਜੀ ਚੱਲੀਏ ਇਹ ਹੋਟਲ ਦੀ ਐਂਟਰੈਂਸ ਹੈ ਜੀ ਗੁੱਡ ਮੈਨ ਦੀ ਲਾਲਟੇਨ ਆ ਹੁਣੇ ਹੁਣੇ ਸਾਨੂੰ ਤਾਜ਼ਾ ਖਬਰ ਮਿਲੀ ਹੈ ਜੀ ਜਿਹੜਾ ਸਾਡਾ ਨੋਰਮਲ ਡੀਲਕਸ ਰੂਮ ਸੀ ਉਹਨੂੰ ਅਪਗ੍ਰੇਡ ਕਰਕੇ ਗ੍ਰੈਂਡ ਡੀਲਕਸ ਕਰ ਦਿੱਤਾ ਗਿਆ ਫ੍ਰੀ ਆਫ ਕੋਸਟ ਠੀਕ ਹੈ ਜੀ ਇਹ ਨਿੰਗ ਦੀਦੀ ਨੇ ਹੈਲੋ ਇਹ ਰਿਸੈਪਸ਼ਨ ਤੇ ਮਿਲੇ ਸੀ ਸਾਨੂੰ ਸਾਡਾ ਰੂਮ ਦਿਖਾਉਣ ਜਾ ਰਹੇ ਆ ਉਹ ਚੌਥੀ ਮੰਜ਼ਿਲ ਆ ਵੀ ਗਈ ਵੈਰੀ ਫਾਸਟ ਲਿਫਟ ਲਿਫਟ ਵਰਕਸ ਲਾਈਕ ਬੁਰਜ ਖਲੀਫਾ ਵੈਰੀ ਫਾਸਟ ਲਿਫਟ ਓ ਵਾਓ ਲੌਬੀ ਵੈਰੀ ਬਿਗ ਲੌਬੀ ਬਾਹਰੋਂ ਇੰਨਾ ਵੱਡਾ ਨਹੀਂ ਲੱਗਦਾ ਸੀ ਪਰ ਹੈ ਕਾਫੀ ਵੱਡਾ 2415 ਨੰਬਰ ਕਮਰਾ ਜੀ ਸਰਦਾਰ ਹੋਣਾ ਦਾ ਓਕੇ ਇੱਕ ਸਰਦਾਰ ਜੀ ਆਲਰੇਡੀ ਅੰਦਰ ਨੇ ਠੀਕ ਹੈ ਜੀ ਇਹ ਆ ਗਿਆ ਜੀ ਬਾਥਰੂਮ ਸ਼ੀਸ਼ੇ ਇੰਨੇ ਲੰਬੇ ਚੌੜੇ ਹੋਣ ਤੇ ਮੈਂ ਕਿਹਾ ਜੀ ਉਸ ਚੀਜ਼ ਦਾ ਨਜ਼ਾਰਾ ਹੀ ਵੱਖਰਾ ਸਭ ਤੋਂ ਵਧੀਆ ਗੱਲ ਹੈ ਵੀ ਇਸ ਹੋਟਲ 'ਚ ਦੋ ਸ਼ੀਸ਼ੇ ਆ ਇੱਕ ਜਣਾ ਅੰਦਰ ਪੱਗ ਬੰਨ ਲਏ ਇੱਕ ਜਣਾ ਬਾਹਰ ਪੱਗ ਬੰਨ ਲਏ ਨਾਲ ਰਸੋਈ ਵੀ ਭਾਅ ਜੀ ਪਰ ਇੱਥੇ ਨਾ ਬਣਾਉਣਾ ਸਭ ਕੁਝ ਆਪ ਪੈਣਾ ਹਾਂ ਇਹ ਪਤਾ ਮੈਨੂੰ ਪਰ ਬੀਬੀ ਕਹਿੰਦੀ ਵੀ ਫ੍ਰੀ ਨਹੀਂ ਹੈਗਾ ਕੁਛ ਫ੍ਰੀ ਸਿਰਫ ਆ ਦੋ ਬੋਤਲਾਂ ਪਾਣੀ ਦੀਆਂ ਇਹ ਬੈਡਰੂਮ ਹੈ ਜੀ ਏ ਸੀ ਛੋਟਾ ਲਾਇਆ ਸਾਹਿਬ ਤੇਰੀ ਮੰਨ ਲਈ ਇਹਨਾਂ ਨੇ ਗੱਲ ਇੱਧਰ ਵੀ ਇੱਕ ਟਾਂਦਾ ਇੱਧਰ ਵੀ ਇੱਕ ਟਾਂਦਾ ਇਹਨੂੰ ਪੁਰਾਣੇ ਹੋਟਲ 'ਚ ਬੜੀ ਦਿੱਕਤ ਸੀ ਵੀ ਇਹਨਾਂ ਦੋ ਟਾਂਦਾ ਏ ਸੀ ਕੋਲ ਆਤਾ ਮੰਦਿਰ ਵੀ ਹੈਗਾ ਇੱਥੇ ਇਹਨਾਂ ਦਾ ਠੀਕ ਹੈ ਜੀ ਕੱਪੜੇ ਸੁੱਕੜੇ ਪਾਉਣ ਨੂੰ ਬਾਹਰ ਸ਼ੈਂਡ ਵੀ ਹੈ ਕਮਾਲ ਹੈ ਯਾਰ ਇੱਦਾਂ ਦਾ ਹੋਟਲ ਨਾ ਮੰਮੀਆਂ ਵਾਸਤੇ ਬਿਲਕੁਲ ਸਹੀ ਹੈਗਾ ਰਸੋਈ ਵੀ ਹੈ ਬਾਹਰ ਕੱਪੜੇ ਸੁੱਕਣੇ ਪਾਉਣ ਨੂੰ ਸ਼ੈਂਡ ਵੀ ਹੈ ਸਭ ਕੁਛ ਹੈ ਹਾਂਜੀ ਵੀਰ ਜੀ ਕਿੱਦਾਂ ਫਿਰ ਘੁੰਮ ਕੇ ਮਜ਼ਾ ਆ ਰਿਹਾ ਕੁਰਸੀ 'ਤੇ ਘੁੰਮੋ ਹਾਲੇ 3 ਘੰਟੇ ਤੂੰ ਗੱਡੀ 'ਚ ਘੁੰਮ ਕੇ ਥੱਕਿਆ ਨਹੀਂ ਨਾ ਕੁਰਸੀ 'ਤੇ ਵੀ ਘੁੰਮਣਾ ਸ਼ੁਰੂ ਕਰਤਾ ਸਰਦਾਰ ਹੁਣੀ ਨਿਕਲ ਚੁੱਕੇ ਨੇ ਜੀ ਫੁਕੇਤ ਦੀਆਂ ਸੜਕਾਂ ਦੇ ਉੱਪਰ ਮੌਸਮ ਗਰਮੀ ਵਾਲਾ ਹੈਗਾ ਸਰਦਾਰ ਜੀ ਫਿਰ ਮੇਰੇ ਮਗਰ ਪੈ ਕੇ ਨੇ ਵੀ ਐਕਟਿਵਾ ਲੈ ਲਓ ਐਕਟਿਵਾ ਵੀਰ ਜੀ ਅਸਾਂ ਨੇ ਕੱਲ੍ਹ ਲੈਣਾ ਠੀਕ ਹੈ ਕੱਲ੍ਹ ਸ਼ਾਮੀ ਆ ਕੇ ਲਵਾਂਗੇ ਫਿਰ ਪਰਸੋਂ ਤਾਂ ਤੁਸੀਂ ਐਕਟਿਵਾ ਹੀ ਚਲਾਇਓ ਕੋਈ ਚੱਕਰ ਹੀ ਨਹੀਂਗਾ ਮਾਹੌਲ ਕਹਿੰਦੇ ਆ ਵੀ ਵਧੀਆ ਹੈਗਾ ਅੱਗੇ ਜਾ ਕੇ ਕਹਿੰਦੇ ਚੌਂਕ ਦੇ ਵਿਚਕਾਰ ਤੁਹਾਨੂੰ ਇੰਡੀਅਨ ਰੈਸਟੋਰੈਂਟਸ ਕਾਫੀ ਮਿਲ ਜਾਣਗੇ ਸਾਨੂੰ ਭੁੱਖੀ ਲੱਗ ਗਈ ਹੈ ਕਿਉਂਕਿ ਅੱਜ ਅਸੀਂ ਫਿਰ ਆਪਣਾ ਕਰਾਬੀ ਤੋਂ ਆਉਂਦੇ ਹੋਏ ਇੱਥੇ ਰਸਤੇ 'ਚ ਨਹੀਂ ਰੁਕਿਆ ਨਾ ਸੋ ਵੀ ਆਰ ਜਸਟ ਥਿੰਕਿੰਗ ਕਿ ਅੱਗੇ ਚੌਂਕ ਦੇ ਵਿੱਚ ਜਾ ਕੇ ਕਹਿੰਦੇ ਇੰਡੀਅਨ ਰੈਸਟੋਰੈਂਟਸ ਕਾਫੀ ਵਧੀਆ ਹੈਗੇ ਆ ਉੱਥੇ ਜਾਂਦੇ ਹਾਂ ਅਤੇ ਫਿਰ ਥੋੜ੍ਹਾ ਕੁਛ ਖਾਂਦੇ ਪੀਂਦੇ ਫਿਰ ਉਸ ਤੋਂ ਬਾਅਦ ਦੇਖਦੇ ਹਾਂ ਵਾਟ ਵੀ ਆਰ ਗੋਇੰਗ ਟੂ ਡੂ ਨਾਰੀਅਲ ਪਾਣੀ ਪੀਣ ਵਾਸਤੇ ਰੁਕਿਆ ਜਾ ਰਿਹਾ ਜੀ ਸਾਹ ਪਾਣੀ ਕਹਿੰਦੇ ਨੇ ਨਾਰੀਅਲ ਪਾਣੀ ਪੀਣਾ ਹਾਂਜੀ ਵੀਰ ਜੀ ਮਲਾਈ ਨਿਕਾਲ ਦੇਗਾ ਚਾਚਾ ਜੀ ਨਾਰੀਅਲ ਮੇਂ ਸੇ ਚਾਚਾ ਜੀ ਮਲਾਈ ਹੁੰਦੀ ਹੈ ਇੱਚ ਚਾਚਾ ਜੀ ਵਿਚਾਰ ਰਹੇ ਸਮਝ ਨਹੀਂ ਆ ਰਹੀ ਖਾਪਨ ਖਾਬ ਚਾਚਾ ਜੀ ਖਾਪਨ ਖਾਬ ਵੈਜ ਰੈਸਟੋਰੈਂਟ ਦੀ ਭਾਲ 'ਚ ਅਸੀਂ ਪਹੁੰਚੇ ਹਾਂ ਜੀ ਸ਼੍ਰੀ ਗਣੇਸ਼ਾ ਪਿਓਰ ਵੈਜੀਟੇਰੀਅਨ ਰੈਸਟੋਰੈਂਟ ਵੀਰ ਜੀ ਬੱਸ ਹੋ ਗਈ ਹੈ ਨਾ ਹੁਣ ਤੇ ਆਵਾਜ਼ ਤੱਕ ਨਹੀਂ ਨਿਕਲਣ ਦੀ ਗਾੜੇ 'ਚੋਂ ਯਾਰ ਕੀ ਬਾਤ ਹੈ ਜੀ ਕਿੱਥੋਂ ਸ਼ੁਰੂ ਕਰਾਂ ਤੈਨੂੰ ਕੀ ਬਾਤ ਹੈ ਮਤਲਬ ਇਸ਼ਕ ਚੀਜ਼ ਹੈ ਯਾਰ ਚਾਰ ਪੰਜ ਤਰੀਕੇ ਦੀ ਚਟਕੋਰੇ ਬੰਦਿਆਂ ਨੂੰ ਚਾਟ ਮਿਲ ਜੇ ਤੇ ਫਿਰ ਐਕਸਪ੍ਰੈਸ਼ਨ ਤੁਸੀਂ ਸਾਹਿਬ ਦੇ ਵੇਖ ਹੀ ਲਏ ਐਸੀ ਜੀਭ ਲਪ ਲਪ ਪਾਈ ਵਾਹ ਜੀ ਵਾਹ ਤੇਰੇ ਐਕਸਪ੍ਰੈਸ਼ਨ ਸਹੀ ਸੀ ਵੈਸੇ ਟਿੱਕੀ ਚਾਟ ਤੋਂ ਬਾਅਦ ਹੁਣ ਵਾਰੀ ਹੈ ਜੀ ਸਾਊਥ ਇੰਡੀਅਨ ਦੀ ਭਾਅ ਜੀ ਸੈੱਟ ਹੈ ਕੰਮ ਬਹੁਤ ਵਧੀਆ ਓਕੇ ਰਿਪੋਰਟ ਹੈ ਨਾ ਕਿਆ ਬਾਤ ਹੈ ਭਾਅ ਜੀ ਕਹਿੰਦੇ ਵੀ ਪੇਟ ਹੁਣ ਭਰੇਗਾ ਇੰਨੇ ਦਿਨਾਂ ਬਾਅਦ ਪਤੌਂਗ ਬੀਚ ਇਟ ਇਜ਼ ਕਿਆ ਵਾਈਬ ਹੈ ਜੀ ਓਏ 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 ਭਰਾਵਾ ਧਿਆਨ ਨਾ ਭਰਾਵਾ ਬੰਦੇ ਦਾ ਬੁਰਾ ਹਾਲ ਨਾ ਕਰ ਦਿਓ ਇਹ ਕਿੱਧਰ ਨੂੰ ਜਾ ਰਿਹਾ ਜੀ ਕਿੱਧਰ ਨੂੰ ਆ ਰਿਹਾ
ਪਰ ਤੁਸੀਂ ਚੈੱਕ ਕਰੋ ਜੀ ਸਨਸੈਟ, ਜਿਹੜੀ ਸਹੀ ਦੇਖਣ ਵਾਲੀ ਚੀਜ਼ ਆ। ਵਿੱਚ ਬੰਦੇ ਆ ਕੇ ਵਿਊ ਖਰਾਬ ਕਰ ਰਹੇ ਆ ਬ੍ਰੋ। ਬੀਚਿਸ ਦਾ ਆਪਣਾ ਹੀ ਮਜ਼ਾ ਆ। ਇਹ ਸਾਡੇ ਹੋਟਲ ਤੋਂ ਕੋਈ 10-15 ਮਿੰਟ ਦੀ ਵੋਕ ਹੈਗੀ ਆ, ਬਟ ਇਟਸ ਗੁੱਡ ਆ। ਆਫਟਰ ਸੱਚ ਆ ਹੈਕਟਿਕ ਡੇ ਜਿਹਦੇ ਵਿੱਚ ਤੁਹਾਨੂੰ ਇੰਨਾ ਟਰੈਵਲ ਕਰਨਾ, ਇੰਨਾ ਟਰੈਵਲ ਨਹੀਂ ਮਤਲਬ ਟਰੈਵਲ ਇਹ ਜਿਹੜਾ ਨਾ ਥੋੜ੍ਹਾ ਫਟੀਕ ਵਾਲਾ ਹੁੰਦਾ, ਫਿਰ ਬਾਅਦ 'ਚ ਜਿਹੜੀ ਸਾਡਾ ਵੈਜ ਫੂਡ ਲੱਭਣ ਦੇ ਵਿੱਚ ਬੱਸ ਹੁੰਦੀ ਹੈ ਨਾ ਯਾਰ ਇਹ। ਪਰ ਮੈਂ ਤੁਹਾਨੂੰ ਨਾ ਸਾਰੇ ਵਲੋਗਸ ਦੇ ਵਿੱਚ ਪ੍ਰੋਪਰ ਰੈਕਮੈਂਡ ਕਰ ਦਾਂਗਾ ਵੀ ਕਿਹੜੀ ਜਗ੍ਹਾ 'ਤੇ ਕਿਹਦਾ ਵੈਜ ਵਧੀਆ, ਤਾਂ ਕਿ ਤੁਹਾਨੂੰ ਇੱਧਰ ਉੱਧਰ ਘੁੰਮਣਾ ਨਾ ਪਵੇ। ਅਗਰ ਤੁਸੀਂ ਨੌਨ ਵੈਜ ਖਾਣਾ ਫਿਰ ਤਾਂ ਆਪਸ਼ਨਸ ਮੈਂ ਕਿਹਾ ਜਿਹੜੀ ਮਰਜ਼ੀ ਦੁਕਾਨ 'ਚ ਵੜ ਜਾਓ, ਪਰ ਅਗਰ ਤੁਸੀਂ ਵੈਜ ਖਾਣਾ ਫਿਰ ਗੋਵਿੰਦਾ ਹੋ ਗਿਆ, ਸ਼੍ਰੀ ਕ੍ਰਿਸ਼ਨਾ ਹੋ ਗਿਆ, ਅੰਮ੍ਰਿਤਸਰ ਹਵੇਲੀ, ਉਹ ਵੀ ਸਾਨੂੰ ਰੈਕਮੈਂਡੇਸ਼ਨ ਆਈ ਆ, ਉੱਥੇ ਅਸੀਂ ਹਲੇ ਜਾਣਾ। ਠੀਕ ਆ, ਬਾਕੀ ਤੁਸੀਂ ਉੱਨੀ ਦੇਰ ਤੱਕ ਆਹ ਦੇਖੋ ਜੀ ਬੀਚ ਦੇ ਨਜ਼ਾਰੇ ਲਓ। ਮੈਂ ਕਿਹਾ ਜੀ ਸਨਸੈਟ ਵਧੀਆ ਵਧੀਆ ਹੋ ਰਿਹਾ। ਬੰਦਾ ਮੇਰਾ ਪਤਾ ਨਹੀਂ ਕਿਉਂ ਇੰਨਾ ਪਰੇਸ਼ਾਨ ਹੈਗਾ। ਕਿਹੜੀ ਦੀਨ ਦੁਨੀਆ ਦੀ ਪਰੇਸ਼ਾਨੀਆਂ ਤੇਰੇ ਮੋਢਿਆਂ 'ਤੇ, ਕਿਉਂ ਇੰਨਾ ਪਰੇਸ਼ਾਨ ਆ ਭਰਾ ਮੇਰੇ, ਕਿਉਂ ਇੰਨਾ ਪਰੇਸ਼ਾਨ? ਫੋਟੋ ਖਿੱਚੋ ਪਹਿਲੇ, ਤੂੰ ਮੇਰੀ ਖਿੱਚ ਫਿਰ ਮੈਂ ਤੇਰੀ ਖਿੱਚਾਂਗਾ। ਵੀਰ ਜੀ ਗਿਵ ਐਂਡ ਟੇਕ ਆ ਫੋਟੋ ਦੇ ਮਾਮਲੇ ਦੇ ਵਿੱਚ, ਇਹ ਮੇਰੀ ਵਧੀਆ ਖਿੱਚੇਗਾ ਫਿਰ ਮੈਂ ਇਹਦੀ ਵਧੀਆ ਖਿੱਚਾਂਗਾ। ਦੇਖੋ ਜੀ ਜਿੱਥੇ ਮਰਜ਼ੀ ਹੋਏ ਤੁਸੀਂ ਦੁਨੀਆ ਦੇ ਵਿੱਚ, ਤੁਹਾਨੂੰ ਰੀਲ ਬਣਾਉਣ ਵਾਲੇ ਨਾ ਮਿਲਣ, ਇੱਦਾਂ ਹੋ ਨਹੀਂ ਸਕਦਾ। ਪਰ ਇੱਦਾਂ ਦੀ ਜਗ੍ਹਾ 'ਤੇ ਆ ਕੇ ਇੱਦਾਂ ਦਾ ਕੰਟੈਂਟ ਬਣਾਉਣ 'ਚ ਵੀ ਆਪਣਾ ਹੀ ਮਜ਼ਾ ਨਾ। ਸਨ ਹੈ ਨਹੀਂ, ਆਲੇ ਦੁਆਲੇ ਤੁਹਾਡੇ ਪੈਰਾ ਸੇਲਿੰਗ ਹੋ ਰਹੀ ਹੈ, ਬਨਾਨਾ ਬੋਟ ਹੋ ਰਿਹਾ, ਮਤਲਬ ਇਸ ਚੀਜ਼ ਦਾ ਵੀ ਮਜ਼ਾ ਵੱਖਰਾ। ਲਓ ਬੁੱਗਿਓ ਨਜ਼ਾਰੇ ਲਓ। ਅਸੀਂ ਪਹੁੰਚੇ ਹਾਂ ਜੀ ਪਤੌਂਗ ਸ਼ੂਟਿੰਗ ਰੇਂਜ, ਜਿਹੜਾ ਸ਼੍ਰੀ ਕ੍ਰਿਸ਼ਨਾ ਰੈਸਟੋਰੈਂਟ ਆ ਨਾ ਉਹਦੇ ਬਿਲਕੁਲ ਸਾਹਮਣੇ ਹੈਗਾ। ਹੈਲੋ ਸਰ, ਹਾਓ ਆਰ ਯੂ? ਓ ਯੂ ਆਲਸੋ ਗੋਇੰਗ ਵਿਦ ਅਸ? ਯੇ ਹੈਲੋ, ਸਵਾਦੀ ਖਾਪ, ਸਵਾਦੀ ਖਾਪ। ਬੰਦੇ ਸਹੀ ਹੈ ਯਾਰ, ਫੁੱਲੇ ਹੋਏ ਹੋਏ ਹੋਏ। ਵੀਰ ਜੀ ਵਾਂਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਹੈ, ਮੈਂ ਕਰਨ ਲੱਗਾ, ਤੁਸੀਂ ਵੀ ਸਾਰੇ ਜਣੇ ਜ਼ਰੂਰ ਕਰਿਓ। ਇੱਦਾਂ ਦਾ ਮੌਕਾ ਕਦੀ ਨਹੀਂ ਛੱਡਣਾ, ਠੀਕ ਹੈ ਨਾ? ਆਓ ਦੇਖਦੇ ਹਾਂ ਕੀ ਹੁੰਦਾ। ਆਓ ਗਿਆ ਜੀ ਘੋੜਾ ਲੋੜ। ਵਾਂਸ ਇਨ ਅ ਲਾਈਫ ਟਾਈਮ ਓਪਰਚੁਨਿਟੀ ਹੈ, ਜਿੰਨੂੰ ਵੀ ਮੌਕਾ ਮਿਲੇ ਜ਼ਰੂਰ ਕਰਿਓ। ਭਾਜੀ ਕਹਿੰਦੇ ਸੀ ਨਹੀਂ ਕਰਨਾ, ਪਰ ਹੁਣ ਇਹ ਮੈਨੂੰ ਲੱਗਦਾ ਵੀ 10 ਰਾਊਂਡ ਲਾ ਕੇ ਜਾਣਗੇ। ਚਲੋ ਭਾਜੀ ਧਿਆਨ ਨਾਲ, ਸਾਹਿਬ ਧਿਆਨ ਨਾਲ, ਆਹ ਘੋੜਾ ਕਰਦਾ ਲੋਡ। ਚੱਲ ਸ਼ੇਰਾ, ਸਾਹਿਬ ਹੋਇਆ ਰੀਕੋਇਲ। ਬਹੁਤ ਐਂਡ ਸੈਟਅਪ ਬਣਾਇਆ ਮੈਂ ਕਿਹਾ ਜੀ, ਕਮਾਲੋ ਕਮਾਲ ਹੋਇਆ ਪਿਆ ਕੰਮ। ਉੱਧਰ ਇਹਨਾਂ ਨੇ ਬਣਾਈ ਹੋਈ ਸ਼ੂਟਿੰਗ ਰੇਂਜ, ਬਹੁਤ ਸਿਰੇ ਦੀ ਚੀਜ਼ ਹੈ ਯਾਰ, ਜ਼ਰੂਰ ਟਰਾਈ ਕਰੋ ਜਿੰਨਾ ਮੌਕਾ ਮਿਲਦਾ ਨਾ, ਜ਼ਰੂਰ। ਸੋ ਹੇਅਰ ਵੀ ਆਰ ਗਾਇਜ਼, ਪਤੌਂਗ ਬੀਚ ਫੁਕੇ ਥਾਈਲੈਂਡ ਦੀ ਰੋਡ 'ਤੇ। ਕਹਿੰਦੇ ਇੱਥੇ ਦੀ ਨਾਈਟ ਲਾਈਫ ਬੜੀ ਜ਼ਬਰਦਸਤ ਹੈ। ਚਲੋ ਆਪਾਂ ਵੀ ਚੱਲਦੇ ਹਾਂ, ਵੇਖਦੇ ਹਾਂ ਕਿ ਆਪਣੇ ਮਤਲਬ ਦਾ ਕੁਛ ਹੈ ਕਿ ਬਸ ਐਵੇਂ ਗੱਲਾਂ ਹੀ ਬਣੀਆਂ ਹੋਈਆਂ ਨੇ। ਚਲੋ ਲੈਟਸ ਗੋ। ਸਾਡਾ ਅੱਜ ਦਾ ਨੈਕਸਟ ਸਟੌਪ ਹੈ ਜੀ ਐਕਸਾਈਟਿੰਗ ਐਕਸ ਥਰੋਇੰਗ। ਇਹ ਜਿਹੜੇ ਭਾਜੀ ਸਾਹਿਬ ਦੇ ਨਾਲ ਖੜੇ ਨੇ, ਇੱਥੋਂ ਦੇ ਮਾਲਕ ਹੈ, ਨਾਲ ਉਹਨਾਂ ਦੀ ਅਸਿਸਟੈਂਟ ਹੈ। ਠੀਕ ਹੈ ਜੀ, ਹਾਂਜੀ ਭਾਜੀ ਤਿਆਰ ਹੋ ਫਿਰ ਐਕਸ ਥਰੋਇੰਗ। ਐਕਸ ਥਰੋਇੰਗ ਵਾਸਤੇ ਭਾਜੀ ਤਿਆਰ ਨੇ, ਕਰੋ ਕਰੋ ਭਾਜੀ ਐਕਨੋਲੇਜਮੈਂਟ ਭਰੋ ਭਾਜੀ। ਬੰਦਾ ਕਹਿੰਦਾ ਵੀ ਮੈਂ ਤੁਹਾਨੂੰ ਪ੍ਰਾਈਜ਼ ਵਧੀਆ ਲਾ ਦਿਆਂਗਾ, ਤੁਸੀਂ ਬਸ ਮੇਰੇ ਰਿਵਿਊ ਵਧੀਆ ਕਰ ਦਿਓ। ਇਸ ਕਰਕੇ ਜਦੋਂ ਵੀ ਇੱਥੇ ਆਓ, ਠੀਕ ਹੈ ਜੀ, ਇਹ ਮੇਨ ਰੋਡ ਦੇ ਉੱਪਰ ਹੀ ਹੈ, ਜਦੋਂ ਆਪਾਂ ਜਾਂਦੇ ਹਾਂ ਨਾ ਪਤੌਂਗ ਬੀਚ ਵੱਲ, ਇਹ ਮੇਨ ਰੋਡ ਉੱਪਰ ਹੀ ਐਕਸਾਈਟਿੰਗ, ਅਤੇ ਇੱਥੇ ਜਦੋਂ ਵੀ ਆਓ ਨਾ ਤੁਸੀਂ ਮੇਕ ਸ਼ੋਰ ਯੂ ਡੂ ਅ ਗੁੱਡ ਬਾਰਗੇਨ ਵਿਦ ਹਿਮ।
ਜਿਹੜਾ ਉਹ ਨਾ ਬਾਰਗਨਿੰਗ ਜਿਹੜੀਆਂ ਲੇਡੀਜ਼ ਵਾਲੀ ਆਦਤ ਹੈ ਨਾ ਵੀ ਹਾਂ ਭਾਅ ਜੀ ਅਸੀਂ 400 ਹੀ ਦੇਣਾ, ਤੁਸੀਂ ਭਾਵੇਂ 1000 ਲਾਇਆ ਹੋਇਆ, ਬਸ ਉਹੀ ਵਾਲਾ ਹਿਸਾਬ ਇੱਥੇ ਕਰਨਾ, ਠੀਕ ਹੈ? ਇਸ ਗੱਲ ਦਾ ਧਿਆਨ ਰੱਖਣਾ, ਹੀ ਇਜ਼ ਅ ਵੈਰੀ ਗੁੱਡ ਗਾਏ, ਥੈਂਕ ਯੂ ਫੋਰ ਦ ਨੈਗੋਸ਼ੀਏਟਿਡ ਪ੍ਰਾਈਜ਼ ਮੇਟ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਮੈਮ, ਥੈਂਕ ਯੂ, ਨੋ 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 ਨੋ, ਆਈ ਐਮ ਨੋਟ ਟੈਲਿੰਗ ਦ ਪ੍ਰਾਈਜ਼ ਟੂ ਐਨੀਵਨ, ਡੋਨਟ ਵਰੀ ਅਬਾਊਟ ਦੈਟ, ਡੋਨਟ ਵਰੀ ਅਬਾਊਟ ਦੈਟ, ਨੋ ਨੋ ਨੋ, ਆਈ ਐਮ ਨੋਟ ਸੇਇੰਗ ਦੈਟ, ਯੂ ਨੀਡ ਨੋਟ ਵਰੀ ਅਬਾਊਟ ਦੈਟ. ਚਲੋ ਵੀਰ ਜੀ ਚੱਕੋ ਜਾਣਾ ਮੱਠੀ, ਬੰਦਾ ਬਹੁਤ ਵਧੀਆ ਖੇਡਣ ਤੋਂ ਪਹਿਲੇ ਸਿਖਾਉਂਦਾ ਵੀ ਹੈ ਤੁਹਾਨੂੰ, ਯਾ ਦੈਟਸ ਰਾਈਟ ਬੱਡੀ, ਯਾ ਏ ਓ ਯਾ ਓ ਬਾਈ ਸਾਹਿਬ, ਦੈਟ ਵਾਸ ਗੁੱਡ ਮੈਨ, ਓਏ ਭਾਈ ਫਾਲਤੂ ਪੰਗਾ ਨਹੀਂ, ਸਿਰਫ ਉੱਥੇ ਹੀ ਮਾਰਨੀ ਹੈ. ਚੱਲ ਵੀ ਸ਼ੇਰਾ, 1 2 3 ਗੋ, ਓਏ ਨੋ ਬੈਡ, ਗੁੱਡ ਗੁੱਡ ਫਾਰ ਦਾ ਫਸਟ ਟਾਈਮ, ਯਾ ਗੁੱਡ ਫਾਰ ਦਾ ਫਸਟ ਟਾਈਮ, ਸਮਝ ਗਿਆ ਮੁੰਡਾ, ਸਮਝ ਗਿਆ ਜੀ, ਸਮਝ ਗਿਆ, ਓ ਵੈਰੀ ਨਾਈਸ ਸ਼ਾਟ, ਬਸ ਹੁਣ ਸੈਂਟਰ 'ਚ ਮਾਰਨਾ ਬਸ, ਸ਼ਾਬਾਸ਼ੇ. ਸਰਦਾਰ ਹੋਣਾ ਦੀ ਵਾਰੀ ਆ ਗਈ ਹੈ, ਬਸ ਬੇਇੱਜ਼ਤੀ ਵਾਲਾ ਕੰਮ ਨਾ ਹੋਵੇ, ਗੋਰੇ ਭਾਜੀ ਕਹਿੰਦੇ ਆ ਵੀ ਇਹਨੂੰ ਇੱਥੋਂ ਫੜ ਕੇ ਸਿੱਧਾ ਖਾ ਵੱਜਿਆ ਬੁੱਲ ਲਾਈ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਹੋਏ 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 ਹੋਏ, ਤੁਸੀਂ ਫੋਲੀ ਵਨ ਦਾ ਗੁੱਡ ਬ੍ਰੋ, ਭਾਜੀ ਐਂਡ ਸੀ ਨਾ ਭਾਜੀ, ਜਿਹੜਾ ਵੀ ਆਏ ਨਾ ਆ ਐਕ ਥਰੋ ਨਾਈਵਸ ਅਤੇ ਹੋਰ ਕੀ ਸੀਗਾ, ਡਾਰਟਸ ਨਿੰਜਾ ਟ੍ਰਾਇੰਗਲਸ, ਮੈਂ ਕਿਹਾ ਜੀ ਪੂਰਾ ਇਸ਼ਕ ਚੀਜ਼ ਸੀ, ਅਸੀਂ ਅਪਰੋਕਸੀਮੇਟਲੀ ਮੇਰੇ ਹਿਸਾਬ ਨਾਲ 1.5 ਘੰਟਾ ਖੇਡਿਆ, ਮੈਂ ਕਿਹਾ ਇਸ਼ਕ ਇਸ਼ਕ ਇੰਨਾ ਜ਼ਬਰਦਸਤ, ਪੂਰਾ ਦਿਨ 'ਚ ਅਸੀਂ ਇੰਨਾ ਫਨ ਨਹੀਂ ਕੀਤਾ ਜਿੰਨਾ ਅਸੀਂ ਇਹ 1.5 ਘੰਟੇ ਦੇ ਵਿੱਚ ਕੀਤਾ, ਇੱਕ ਜਿਹੜਾ ਕੰਮ ਉਹ ਸ਼ੂਟਿੰਗ ਰੇਂਜ ਵਾਲਾ ਅਤੇ ਦੂਜਾ ਇਹ, ਮੈਂ ਕਿਹਾ ਆਊਟ ਆਫ ਦਾ ਵਰਲਡ ਐਕਸਪੀਰੀਅੰਸ, ਆਊਟ ਆਫ ਦਾ ਵਰਲਡ, ਜ਼ਰੂਰ ਜਿਹੜਾ ਵੀ ਆਇਆ ਨਾ ਜ਼ਰੂਰ ਹੋ ਕੇ ਜਾਇਓ, ਯੂ ਵਿਲ ਜਸਟ ਲਵ ਇਟ. ਸੋ ਗਾਇਸ ਵੀ ਆਰ ਬੈਕ ਇਨ ਦਾ ਹੋਟਲ, ਅੱਜ ਦਾ ਜਿਹੜਾ ਦਿਨ ਸੀ ਨਾ ਬਹੁਤ ਐਂਡ ਸੀਗਾ, ਸਾਨੂੰ ਲੱਗਾ ਸੀ ਵੀ ਜਿਹੜਾ ਸਵੇਰੇ ਸਫ਼ਰ ਹੋਇਆ ਨਾ ਸ਼ਾਇਦ ਦਿਨ ਦੇ ਵਿੱਚ ਵੀ ਫਟੀਕ ਇੱਦਾਂ ਹੀ ਨਾ ਹੋਵੇ, ਪਰ ਇੱਦਾਂ ਦਾ ਕੁਛ ਨਹੀਂ ਹੋਇਆ, ਡੇ ਵੈਂਟ ਸੁਪਰ ਵੈਲ, ਅਤੇ ਜਿੱਦਾਂ ਡੇ ਐਂਡ ਹੋਇਆ ਨਾ ਸ਼ੂਟਿੰਗ ਨੂੰ ਲੈ ਕੇ ਅਤੇ ਐਕਸ ਥਰੋਇੰਗ ਨੂੰ ਲੈ ਕੇ, ਬ੍ਰਦਰ ਯੂ ਇੰਜੋਇਡ ਇਟ ਵੈਰੀ ਮੱਚ, ਮੈਂ ਕਿਹਾ ਜੀ ਜੇ ਤੁਹਾਡਾ ਚੱਕਰ ਲੱਗੇ ਇੱਥੇ ਆਓ ਅਤੇ ਇਹ ਚੀਜ਼ਾਂ ਜ਼ਰੂਰ ਕਰਿਓ, ਠੀਕ ਹੈ ਜੀ, ਜਲਦ ਮਿਲਦੇ ਹਾਂ ਇੱਦਾਂ ਹੀ ਹੋਰ ਕਿਸੇ ਵਲੋਗ ਦੇ ਵਿੱਚ, ਉਦੋਂ ਤੱਕ ਗੁੱਡ ਨਾਈਟ, ਬਾਏ ਬਾਏ, ਸ਼ਬਾ ਖੈਰ, ਟੇਕ ਕੇਅਰ, ਇੰਸਟਾਗ੍ਰਾਮ ਸਨੈਪਚੈਟ ਫੋਲੋ ਕਰ ਲਓ, ਅਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਬਸਕ੍ਰਾਈਬ ਕਰ ਲਓ, ਗੁੱਡ ਨਾਈਟ, ਸ਼ਬਾ ਖੈਰ, ਟੇਕ ਕੇਅਰ, ਆਪਣਾ ਧਿਆਨ ਰੱਖਿਓ ਸਾਰੇ ਜਣੇ, ਅਤੇ ਸਬਸਕ੍ਰਾਈਬ ਯਾਦ ਨਾ ਕਰ ਲਓ.